ਫਿਲਹਾਲ ਤੇ ਇੱਥੇ ਠੀਕ ਹੀ ਆਣ ਬਾਰ ਲਾ ਜ਼ਿੱਦ ਕੀਤੀ ਆਈ ਜਾਣੇ ਦੀ ਵੈਸੇ ਕਿਉਂ ਪਿਛਾਂ ਲੈ ਗਿਆ ਸੀ ਵੀ ਜਾਈਏ ਜੈ ਇਸ ਵਾਰ ਤੇ ਜ਼ਿੱਦ ਦੀ ਵਜ੍ਹਾ ਤੋਂ ਗਿਆ ਆਈ ਮੈਂ ਵਾਪਸ ਜੀ ਜਨੂਨ ਹੀ ਇਤਨਾ ਆਈ ਰਿਸਕ ਲੈਣੀ ਚਾਹੀਦੀ ਆਈ ਜਾਣਾ ਪਿਆ ਆਈ ਉੱਥੇ ਇੱਥੋਂ ਗਿਆ ਆਈ ਕੁਵੇਟੇ ਕੁਵੇਟੇ ਤੋਂ ਬਲੋਚਿਸਤਾਨ ਉਹਨਾਂ ਸਾਨੂੰ ਡਾਲੇ ਤੋਂ ਵਾ ਕੇ ਈਰਾਨ ਦਾ ਜਿਹੜਾ ਬਾਰਡਰ ਹੈ ਉਹ ਸਾਨੂੰ ਕਰਾਸ ਉਹਨਾਂ ਕਰਾਇਆ ਡਾਲੇ 'ਚ ਵਾ ਕੇ ਅਤੇ ਫਿਰ ਉਹਨਾਂ ਡਾਲਿਆਂ 'ਚ ਫਿਰ ਸਾਨੂੰ ਉਹਨਾਂ ਡਿੱਕੀ ਵਿੱਚ ਜਿਹੜਾ ਨਹੀਂ ਤਰੇ ਤਰੇ ਚਾਰ ਚਾਰ ਮੁੰਡੇ ਉਹਨਾਂ ਸਾਨੂੰ ਡਿੱਕੀਆਂ ਵਿੱਚ ਜਿਹੜਾ ਨਹੀਂ ਵਾ ਛੱਡਿਆ ਅਤੇ ਨਾਲ ਬੋਤਲ ਪਾਣੀਆਂ ਦੀ ਦੇ ਛੱਡਦੇ ਹਨ ਜਿਹਦੇ ਵਿੱਚ ਬਰਫ਼ ਜੰਮੀ ਹੀ ਹੋਵੇ ਵੱਖੋ ਰਹੇ ਅਤੇ ਥੋੜ੍ਹੀ ਥੋੜ੍ਹੀ ਨਾਲ ਪੀਂਦੇ ਰਹਾਂ ਉਸ ਤੋਂ ਬਾਅਦ ਫਿਰ ਸਾਨੂੰ ਉਹਨਾਂ ਡੈਵੋ 'ਚ ਪਾਇਆ ਡੈਵੋ ਦਾ ਇੱਕ ਪੌੜੀਆਂ ਦੇ ਥੱਲੇ ਛੋਟਾ ਜਿਹਾ ਕਮਰਾ ਜਿਹਾ ਹੁੰਦਾ ਉਹਦੇ ਵਿੱਚ ਚਾਰ ਬੰਦੇ ਜਿਹੜੇ ਨੋਹਣੇ 'ਚ ਪਾ ਛੱਡਿਆ ਨਾ ਅਤੇ ਇਸ ਕਰਕੇ ਫਿਰ ਇੱਕ ਰਾਤ ਅਸੀਂ ਇੱਕ ਜੰਗਲ 'ਚੋਂ ਕੱਢੀ ਹੈ ਅਸੀਂ ਛੇ ਛੋਰ ਆਏ ਪਾਕਿਸਤਾਨੀ ਆਏ ਜਾਂ ਅਤੇ ਫਿਰ ਸਾਨੂੰ ਮਾਕੋ ਸ਼ਹਿਰ ਲੈ ਕੇ ਗਏ ਨੇ ਮਾਕੋ ਪਹਾੜੀ ਨਾਲ ਇੱਕ ਸਲਮਾਸ ਪਹਾੜੀ ਹੈ ਸਲਮਾਸ ਪਹਾੜੀ ਵੱਲੋਂ ਅਸੀਂ ਗਏ ਹਾਂ ਉੱਥੇ ਸਾਨੂੰ ਵੇਖੇ ਨੇ ਬਕਾਇਦਾ ਬੰਦਿਆਂ ਦੇ ਜਿਹੜੇ ਪਿੰਜਰੇ ਵੀ ਪਏ ਨੇ ਹੱਡੀਆਂ ਵਗੈਰਾ ਮੈਂ ਆਪ ਵੇਖੀਆਂ ਨੇ ਉੱਥੇ ਪਈਆਂ ਨੇ ਬਾਹਰ ਅਸੀਂ ਗੁਜ਼ਰਦੇ ਗਏ ਹਾਂ ਰਾਤ ਆਈ ਅਸੀਂ ਜਿਹੜਾ ਬਾਰਡਰ ਕ੍ਰਾਸ ਕਰਨ ਲੱਗੇ ਹਾਂ ਅੱਗੋਂ ਸਾਨੂੰ ਫੌਜ ਪੈ ਗਈ ਆਈ ਤੁਰਕੀ ਦੀ ਉਹਨਾਂ ਸਾਨੂੰ ਉੱਥੇ ਨਾਪ ਲਿਆ ਅਤੇ ਉਹਨਾਂ ਉੱਥੇ ਸਾਨੂੰ ਇੱਕ ਵਾਰੀ ਮਾਰਿਆ ਛਾਰਿਆ ਚੰਗਾ ਮੁੱਕੇ ਛੁੱਕੇ ਠੁੱਡੇ ਛੁੱਡੇ ਮਾਰਦੇ ਰਹਿਣ ਅਤੇ ਉਹ ਹੈਲਮਟ ਉਹਨਾਂ ਪਾਏ ਹੁੰਦਾ ਜੀ ਉਹਦੇ ਨਾਲ ਉਹ ਮਾਰਦੇ ਉਹਨਾਂ ਨੇ ਕਰ ਗਏ ਜੀ ਟੱਕਰ ਜੀ ਮਾਰਦੇ ਹਨ ਫਿਰ ਉਹਨਾਂ ਸਾਨੂੰ ਰਾਤੀ ਜਿਹੜਾ ਬਾਰਡਰ ਕ੍ਰਾਸ ਕੀਤਾ ਉਹਨਾਂ ਵਾਪਸ ਸਾਨੂੰ ਈਰਾਨ ਵਗਾ ਛੱਡਿਆ ਈਰਾਨ ਤੋਂ ਸਾਡਾ ਡੰਕਰ ਚੰਗਾ ਹੀ ਇੱਕ ਉਸ ਸਾਨੂੰ ਮੋਬਾਈਲ ਦੀ ਲੈਟ ਨਾਲ ਸਾਨੂੰ ਬੁਲਾ ਲਿਆ ਥੱਲੇ ਪਹਾੜੀ ਤੋਂ ਫਿਰ ਰਾਤ ਅਸਾਂ ਉੱਥੇ ਕੱਢੀਏ ਸੁਬਾਹ ਫਿਰ ਉਸ ਜਗ੍ਹਾ ਤੋਂ ਅਸੀਂ ਉਸ ਚੌਕੀ ਦੇ ਹੇਠੋਂ ਹੀ ਨਿਕਲ ਗਏ ਅਗਲੀ ਜਗ੍ਹਾ 'ਤੇ ਟੁਰ ਗਏ ਅਤੇ ਕੋਟ ਖਾਧੀ ਉੱਥੋਂ ਹੀ ਥੱਲੇ ਉਹ ਨਿਕਲ ਕੇ ਜਿਹੜਾ ਨਹੀਂ ਅਸੀਂ ਅੱਗੇ ਗੱਡੀਆਂ ਖੜ੍ਹੀਆਂ ਗੱਡੀਆਂ 'ਤੇ ਬਹਿ ਕੇ ਅਸੀਂ ਰਿਹਾਇਸ਼ਾਂ 'ਤੇ ਟੁਰ ਗਏ ਹਾਂ ਸਲਮਾਸ ਪਹਾੜੀ ਤੋਂ ਜਿਹੜਾ ਅਸੀਂ ਥੱਲੇ ਲੱਥੇ ਅੱਗੇ ਇਵਾਨ ਸ਼ਹਿਰ ਹੁੰਦਾ ਇਵਾਨ ਸ਼ਹਿਰ 'ਚ ਅਸਾਂ ਨੌਂ ਦਿਹਾੜੇ ਕੱਢੇ ਹਾਂ ਵੱਡੀ ਈਦ ਵੀ ਅਸਾਂ ਉੱਥੇ ਕੱਢੀ ਹੈ ਉੱਥੇ ਸਾਡੀਆਂ ਪੇਮੈਂਟਾਂ ਹੋਈਆਂ ਪਿਛਲੀ ਸਾਰੀ ਪੇਮੈਂਟ ਹੋਈ ਹੈ 170 ਹੋਈ ਆਈ 1,70,000 ਹੋਈ ਆਈ ਅਤੇ ਉਸ ਤੋਂ ਬਾਅਦ ਫਿਰ ਸਾਨੂੰ ਨਾ ਨੌਂ ਦਿਹਾੜਿਆਂ ਬਾਅਦ ਇੱਕ ਗੱਡੀ ਆਈ ਬੰਦ ਉਸ ਬੰਦ ਗੱਡੀ ਵਿੱਚ ਸਾਨੂੰ ਨਾ ਸਮੁੰਦਰ ਦੇ ਕਿਨਾਰੇ 'ਤੇ ਲੈ ਗਏ ਇੱਕ ਝੀਲ ਜਿਹੀ ਬੜੀ ਵੱਡੀ ਝੀਲ ਜਿਹੀ ਉਹਦੇ ਵਿੱਚ 2 ਕੁ ਘੰਟੇ ਸਾਨੂੰ ਨਾ ਸਫ਼ਰ ਕਰਾਇਆ ਕਿਸ਼ਤੀ 'ਤੇ ਕਰਾ ਕੇ ਅਤੇ ਪਰਲੇ ਕਿਨਾਰੇ 'ਤੇ ਲਾ ਕੇ ਅਤੇ ਕਮ ਸੇ ਕਮ 7-8 ਕਿਲੋਮੀਟਰ ਉਹਨਾਂ ਸਾਨੂੰ ਟੁਰਾਇਆ ਅੱਗੇ ਟਰਮੀਨਲ ਹੁੰਦਾ ਜੀ ਡੈਵੋ ਦਾ ਉੱਥੇ ਦੀਆਂ ਟੁੱਟਦੇ ਗਏ ਦੋ ਦਿਹਾੜੇ ਅਸਾਂ ਟਰਮੀਨਲ 'ਤੇ ਕੱਢੇ ਨੇ ਜੇ ਬੈਠ ਰਿਹਾ ਟਿਕਟ ਹੀ ਨਾ ਲੱਗਦੀਆਂ ਸੀਟ ਹੀ ਨਹੀਂ ਲੱਭਦੀ ਅਤੇ ਜੇ ਟਰਮ ਤੀਜੇ ਦਿਹਾੜੇ ਸੀਟ ਲੱਭੀ ਆਈ ਅਤੇ ਫਿਰ ਅਸੀਂ ਗਏ ਆਈ ਇਵਾਨ ਉੱਥੇ ਤੁਰਕੀ ਇਸਤੰਬੋਲ ਤੋਂ ਪਿਛਲੀ ਸਾਈਡ ਇੱਕ ਸ਼ਹਿਰ ਹੈ ਦੋਗੋ ਬਿਆਦ ਪਤਾ ਨਹੀਂ ਕੀ ਉੱਥੇ ਮਸਲ ਨੇ ਅਸੀਂ ਗਏ ਆਈ ਉੱਥੇ ਸਾਨੂੰ 10 ਦਿਹਾੜੇ ਰੱਖ ਕੇ ਅਤੇ ਅਗਾਂ ਜੁਨਾਨ ਦੀ ਗੇਮ 'ਤੇ ਸਾਨੂੰ ਨਾ ਪਾ ਛੱਡਿਆਈ ਜੁਨਾਨ ਅਸੀਂ ਨਹਿਰ 'ਤੇ ਪਹੁੰਚ ਹੀ ਗਏ ਆਈ ਅਤੇ ਸਾਨੂੰ ਤੁਰਕੀਆਂ ਨਾਪ ਲਿਆ ਆਈ ਨਹੀਂ ਤੁਰਕੀ ਤੋਂ ਜੁਨਾਨ ਤੱਕ ਸਮੁੰਦਰ ਦਾ ਨਾ ਹੀ ਪੈਦਲ ਜੰਗਲ ਵੱਲੋਂ ਦੀ ਆਈ ਨਹਿਰ ਇੱਕ ਕ੍ਰਾਸ ਕਰਨੀ ਪੈਂਦੀ ਪੈਦਲ ਸਾਨੂੰ ਸਾਰੀ ਸਾਰੀ ਰਾਤ ਹੀ ਟੁੱਟਣਾ ਪੈ ਜਾਂਦਾ ਇੱਕ ਰਾਤ ਸਿਰਫ ਇੱਕ ਰਾਤ 'ਚ ਉਹ ਪੁਆਇੰਟ ਉੱਤੇ ਪੜਨਾ ਆਉਂਦਾ 85 ਪੁਆਇੰਟ ਜੁਨਾਨ ਦੀ ਪਹਾੜੀ ਹੈ ਉੱਥੇ ਪਹੁੰਚਣਾ ਆਉਂਦਾ ਨਾ ਪਹੁੰਚੇ ਤਾਂ ਬੰਦਾ ਫਦੀ ਜਾਂਦਾ ਫਿਰ ਵਾਪਸ ਵਗਾ ਛੱਡਦੇ ਨੇ ਅਸੀਂ ਪੁਆਇੰਟ ਉੱਤੇ ਪਹੁੰਚ ਗਏ ਆਈ 24 ਛੋਰ ਆਈ ਜੋ 4 ਪਾਕਿਸਤਾਨੀ ਆ ਅਤੇ 9 ਕੁ ਬੰਗਾਲੀ ਅਤੇ ਦੂਜੀਆਂ ਬੀਬੀਆਂ ਮਸਲ ਨਹੀਂ ਉਹ ਈਰਾਨ ਦੀਆਂ ਅਤੇ ਕੋਈ ਸ਼ਾਮ ਦੀਆਂ ਜਾਂ ਅਤੇ ਜਿਹੜਾ 24 ਛੋਰ ਆਈ 24 ਵਿੱਚੋਂ 12 ਛੋਰ ਜਿਹੜੇ ਗੱਡੀ 'ਤੇ ਪੈ ਕੇ ਟੁਰ ਗਏ ਹਨ ਅਗਾਂਹ ਸ਼ਹਿਰ 'ਚੋਂ ਜੁਨਾਨ ਅਤੇ ਸਾਡੀ ਵਾਰੀ ਆਉਂਦੀਆਂ ਗੱਡੀ ਆਵੇ ਦੀ ਸਾਡੀ ਵਾਰੀ ਗੱਡੀ ਕੋਈ ਆਈ ਅਸੀਂ ਸੁੱਤੇ ਪਏ ਆਈ ਅਤੇ ਅੱਗੋਂ ਪੁਲਿਸ ਪੈ ਗਈ ਆਈ ਨਹੀਂ ਜੁਨਾਨ ਪੁਲਿਸ ਵਾਲੀ ਉਹਨਾਂ ਉੱਥੇ ਸਾਨੂੰ ਪਹਾੜੀ ਉੱਤੇ ਹੀ ਮਾਰਿਆ ਇੱਕ ਵਾਰ ਚੰਗਾ ਫਿਰ ਉਹਨਾਂ ਕੁੱਟਿਆ ਉਹਨਾਂ ਕੋਲ ਇੱਕ ਡੰਡਾ ਜਿਹਾ ਹੁੰਦਾ ਜੀ ਕਾਲਾ ਜਿਹਾ ਉਹ ਮਾਰ ਦੇ ਉਹਨਾਂ ਨੀਰਾ ਨਾਲ ਹੀ ਲਾਉਂਦੇ ਆ ਛਾਟ ਪਾਉਂਦੀ ਆਈ ਉਹਦੇ ਵਿੱਚ ਕਰੰਟ ਜਿਹਾ ਆਈ ਉਹਦੇ 'ਚ 2 ਕੁ ਦਿਹਾੜੇ ਸਾਨੂੰ ਨਾ ਉੱਥੇ ਜੇਲ੍ਹ 'ਚ ਰੱਖਿਆ ਜੁਨਾਨ 'ਚ ਹੋਈ ਦੂਜੇ ਦਿਹਾੜੇ ਫਿਰ ਉਹਨਾਂ ਸਾਨੂੰ ਨਾਰ ਪਾਰ ਕਰਾ ਛੱਡੀ ਪਿਛਾਂ ਤੁਰਕੀ ਵਗਾ ਛੱਡਿਆ ਤੁਰਕੀ ਵਾਲੀ ਜਿਹੜੀ ਫੌਜ ਉਹਨਾਂ ਨੇ ਸਾਨੂੰ ਉਹਨਾਂ ਦੇ ਛੱਡਿਆ ਉਹਨਾਂ ਸਾਨੂੰ 2-3 ਦਿਹਾੜੇ ਰੱਖਿਆ ਆਈ ਕੈਂਪ ਵਿੱਚ ਫਿਰ ਸਾਨੂੰ ਨਾ ਇਸਤੰਬੋਲ ਛੱਡ ਦਿੱਤਾ ਸੀ ਫਿਰ ਆਪਣੀਆਂ ਰਿਹਾਇਸ਼ਾਂ 'ਤੇ ਆ ਗਿਆ ਇੰਜ ਕਰਕੇ ਮੈਂ 7 ਵਾਰੀ ਮਸਾਂ ਜੁਨਾਨ ਗਿਆ 7 ਵਾਰੀ ਪਿਛਾਂ ਉਹ ਫੜ ਕੇ ਫਿਰ ਵਗਾ ਛੱਡਦੇ ਹਾਂ ਜੇ ਟਮ 7ਵੀਂ ਵਾਰੀ ਮੈਂ ਫਦੀਤਾ ਹੀ ਨਾ ਮੇਰਾ ਭਾਈ ਉੱਥੇ ਜੁਨਾਨ ਹੀ ਹੁੰਦਾ ਨਾ ਮੈਂ ਅੱਕ ਗਿਆ ਏ ਡੰਕੀ ਲਾ ਲਾ ਕੇ ਕੁਝ ਜ਼ਖਮ ਬੜੇ ਹੋ ਗਏ ਹਨ ਪੈਰਾਂ 'ਤੇ ਟੁਰਨ ਨਾ ਹੀ ਹੁੰਦਾ ਮੈਂ ਅੱਕ ਗਿਆ ਜੀ ਮੈਂ ਆਖਿਆ ਮੈਂ ਹੁਣ ਪਿਛਾਂ ਪਾਕਿਸਤਾਨ ਜਾਣਾ ਇਸ ਵਾਸਤੇ ਹੁਣ ਪਾਕਿਸਤਾਨ ਆ ਗਿਆ ਹੁਣ ਠੀਕ ਹੋ ਗਿਆ ਹੁਣ ਫਿਰ ਦਿਲ ਵਗਦਾ ਪਿਆ ਵਾ ਜਾਂ ਹੁਣ ਟਰਾਈ ਕਰਾਂ ਜਾਣਾ ਜ਼ਰੂਰਤ ਇੱਥੇ ਗੱਲ ਹੀ ਕੋਈ ਨਹੀਂ ਹੁੰਦੀ ਉਡਰ ਕੋਈ ਹੋਵੇ ਤਾਂ ਇਹ ਉਡਰ ਤੋਂ ਬਿਨਾਂ ਤਾਂ ਬੰਦਾ ਕੋਈ ਵੀ ਨਹੀਂ ਉਸ ਆਖਿਆ ਨਾ ਯੂਰਪ ਹੀ ਹੈ ਜਾਂ ਸੰਗੀ ਟੁਰ ਗਿਆ ਜਾਂ ਸਾਮਾਨ ਹੈ ਤਾਂ ਮੇਰਾ ਇੱਕੋ ਜਿਹੀ ਇੱਕ ਜਗ੍ਹਾ 'ਤੇ ਹੋਇਆ ਸੀ ਜਦੋਂ ਹਾਲਾਤ ਸਹੀ ਹੁੰਦੇ ਗਏ ਮੈਂ ਤਾਂ ਇਹੀ ਜਾਂਦਾ ਵਾ ਹਾਲਾਤ ਸਹੀ ਹੋ ਜਾਣ ਜਲਦੀ ਜਲਦੀ ਕਰੋਨਾ ਵਾਲੇ ਹਾਲਾਤ ਬੜੇ ਖਰਾਬ ਨੇ ਬੰਦੇ ਬੜੇ ਫਦੀ ਰਹੇ ਵਾਪਸ ਆ ਰਹੇ ਇਸਤੰਬੋਲ ਤੋਂ ਜਿਸ ਟਾਈਮ ਮੈਂ ਨਿਕਲਿਆ ਬੰਦ ਗੱਡੀ ਆਈ ਉਹਦੇ ਵਿੱਚ ਅਸੀਂ 39 ਛੋਰ ਆਏ ਗੱਡੀ ਬੜੀ ਸਪੀਡ 'ਚ ਜਾ ਰਹੀ ਆਈ ਅਤੇ ਨਾਕੇ ਉੱਤੇ ਇੱਕ ਪੁਲਿਸ ਵਾਲੀ ਗੱਡੀ ਖੜ੍ਹੀ ਆਈ ਜਿਸ ਟਾਈਮ ਡਰਾਈਵਰ ਵੀ ਇਹਦੇ ਹੀ ਆਈ ਤੁਰਕਾ ਹੀ ਜਿਸ ਟਾਈਮ ਉਸ ਪੁਲਿਸ ਵਾਲੀ ਗੱਡੀ ਵੇਖੀ ਉਸ ਗੱਡੀ ਸਪੀਡ 'ਚ ਕਰ ਲਈ ਹਾਲਾਂਕਿ ਉਹਨੂੰ ਚਾਹੀਦਾ ਸੀ ਸਪੀਡ ਮੱਠੀ ਕਰ ਲੈਣੀ ਰੁਕਾ ਲੈਣੀ ਵਸ਼ਾਰਾ ਜੇ ਅੱਗੇ ਲੱਗੀ ਹੈ ਉਸ ਗੱਡੀ ਸਪੀਡ 'ਚ ਕਰ ਲਈ ਪਿੱਛੇ ਪੁਲਿਸ ਵਾਲੀ ਗੱਡੀ ਲੱਗ ਗਈ ਅਤੇ ਗੱਡੀ ਦਾ ਟਾਇਰ ਪਾਟ ਗਿਆ ਆਈ
ਜੇ ਗੱਡੀ ਦਾ ਟਾਇਰ ਜਿੱਟਣ ਪਟਾ ਗੱਡੀ ਬੜੀ ਕੰਟਰੋਲ ਮੁਸ਼ਕਲ ਹੋਈ ਉਹਦੇ ਕੋਲ ਉਸ ਨਾਲ ਹੀ ਇੱਕ ਜੰਗਲ ਆਈ ਜੰਗ ਸੜਕੇ ਨਾਲ ਹੀ ਉੱਥੇ ਸਾਨੂੰ ਸੁਣਾਇਆ ਜਲਦੀ ਅਸੀਂ ਜੰਗਲ 'ਚੋਂ 6 ਦਿਹਾੜੇ ਅਸੀਂ ਜੰਗਲ 'ਚ ਰਹੇ ਹਾਂ 3 ਦਿਹਾੜੇ ਸਾਡੇ ਕੋਲ ਖੂਬਸ ਆਉਣ ਅਸੀਂ ਉਹ ਖਾਂਦੇ ਰਹੇ ਹਾਂ ਕੋਈ ਬਿਸਕੁਟ ਆਉਣ ਕੋਈ ਪਾਣੀ ਆਈ ਉਹ ਅਸੀਂ 3 ਦਿਹਾੜੇ ਪੀਂਦੇ ਖਾਂਦੇ ਰਹੇ ਹਾਂ ਸਾਡੇ ਨਾਲ ਡੰਕਰ ਵਾਲਾ ਉਹ ਆਉਂਦੇ ਹਨ ਵਾਈਸ ਤੋਂ ਬੋਲੋ ਗੱਡੀ ਵਾਪਸ ਆ ਰਹੀ ਹੈ ਸਾਨੂੰ ਇੱਥੋਂ ਹੀ ਚਾਹ ਕੇ ਗਾ ਨਹਾਰਾ ਲੈ ਜਾਏ ਦੀ ਅਤੇ ਜਿਸ ਟਾਈਮ ਬਾਕੀ ਸਾਡੇ 3 ਦਿਹਾੜਿਆਂ ਨੂੰ ਅਸਾਂ ਇੱਕ ਨਾਲਾ ਜਿਹਾ ਲੱਗਦਾ ਸੀ ਨਾਲੋਂ ਬਿਲਕੁਲ ਅਤੇ ਸਾਡੀਆਂ ਅਸੀਂ ਸ਼ਲਟਾਂ ਜਿਹੜੀਆਂ ਨੇ ਉਹ ਪਾਣੀਆਂ ਦੀਆਂ ਵੇਹ ਵੇਹ ਕੇ ਅਸੀਂ ਉਹਦੇ ਨਾਲ ਪੀਂਦੇ ਰਹੇ ਪਾਣੀ ਉਸ ਮਤਲਬ ਗੰਦਾ ਨਾਲੇ ਦਾ ਪੀਂਦੇ ਰਹੇ ਉਸ ਤੋਂ ਬਾਅਦ ਫਿਰ ਸਾਨੂੰ 6 ਦਿਹਾੜੇ ਪਤਾ ਲੱਗਾ ਵਾ ਸ਼ਾਇਦ ਆਊ ਕੋਈ ਨਹੀਂ ਮਜਬੂਰਨ ਸਾਨੂੰ ਹੁਣ ਸੜਕੇ 'ਤੇ ਚੜ੍ਹਨਾ ਪਿਆ ਜੇ ਟਾਈਮ ਸੜਕੇ 'ਤੇ ਚੜ੍ਹੇ ਹਾਂ ਕੋਈ 1 ਕਿਲੋਮੀਟਰ ਟੁਰੇ ਹਾਂ ਅੱਗੋਂ ਪੁਲਿਸ ਪੈ ਗਈ ਉਹਨਾਂ ਸਾਨੂੰ ਕੈਂਪ 'ਚੋਂ ਲੈ ਗਿਆ ਜਿਹਾ ਤੁਰਕੀ ਵਾਲੇ ਕੈਂਪ 'ਚ ਉੱਥੇ ਸਾਨੂੰ ਨਾ ਕੋਈ 15 ਕੁ ਦਿਹਾੜੇ ਰੱਖ ਕੇ ਉੱਥੇ ਹੀ ਛੱਡ ਦਿੱਤਾ ਉੱਥੇ ਫਿਰ ਅਸਾਂ ਟੈਕਸੀ ਵਾਲੇ ਨੇ ਕੋਈ 25 ਲੀਰੇ ਜਿਹੜਾ ਨਹੀਂ ਦਿੱਤੇ ਅਤੇ ਅਸੀਂ ਇਸਤੰਬੂਲ ਆਏ 500 ਲੀਰੇ ਦਿੱਤੇ ਆ ਟੋਟਲ ਜਿਸ ਟਾਈਮ ਗੇਮ ਲਾਈ ਦੀ ਆਈ ਬਾਈ ਉਦੋਂ ਯੂਰੋ ਹੀ ਗੱਲ ਦਿੰਦਾ ਜੀ ਮੇਰਾ ਕੋਈ 60 ਕੁ ਯੂਰੋ 50-60 ਯੂਰੋ ਹਰ ਗੇਮ 'ਤੇ ਜਿਹੜਾ ਨਹੀਂ ਹੁੰਦਾ ਰਿਹਾ ਨਹੀਂ ਮੈਂ ਤੋੜ ਜਾਣੇ ਵਿੱਚ 6 ਲੱਖ ਰੁਪਈਆ ਜਿਹੜਾ ਨਹੀਂ ਉਹਨਾਂ